ஆசியா வாசட்டு செல்ல இஃப்தாரி வாஸ்கிட்ட சமாங்க போனோம் ਚੀਜ਼ ਸਾਨੂੰ ਕੋਈ ਅੱਛੀ ਲੱਗਦੀ ਮੰਗਵਾ ਲਓ ਤੁਸੀਂ ਦੱਸੋ ਨਾ ਖਾਣੇ ਤੁਸੀਂ ਕਿਹੜੀ ਚੀਜ਼ ਮੰਗਵਾਉਣੀ ਆਰਡਰ ਤੇ ਖਰਬੂਜ਼ੇ ਆ ਫਰੂਟਸ ਹੋਰ ਹੋਰ ਕੀ ਆ ਜਾਂ ਐਪਲ ਹੋਣਗੇ ਇਹ ਦੋ ਮੈਂ ਕਹਿੰਦੀ ਫਰੂਟ ਆ ਇੱਕ ਰੂਜ਼ਾ ਮੰਗਾ ਲਈ ਫਿਰ ਇਹਦਾ ਵੀ ਖਾ ਲੈਂਦੀ ਜੇ ਸਟ੍ਰੋਬਰੀ ਇੱਕ ਦਿਨ ਮੇਰਾ ਦਿਲ ਕਰਦਾ ਸੀ ਸਟ੍ਰੋਬਰੀ ਦਾ ਜੂਸ ਲੇਕਿਨ ਮੈਂ ਅੱਡੇ ਤੇ ਨਹੀਂ ਦੇਖੀ ਲੇਕਿਨ ਉਹ ਚੌਗਾਸ ਮੈਂ ਮਿਲਦੀ ਆ हाँ जी तो इतों नहीं मिलती है या शाम टाइम होर अफतारी दीज़ा बनाते अफतार कि सारा दिन बनाते या समोसे या पकौड़े यही चीज़ा होंगे वा चलो देख लो ना चावल आप कल बनाए हाँ चावल पे आ मैं तो उ गर्म कर लेने नहीं जी चीज़ खाने को दस तो ना मंगा खरबूजा मंगा लेना खीरा खा लेगी मैं तो कहना हाँ जी कोई ठंडी चीज़ होनी चाहिए ठंडी हो बोतल ले ਬੋਤਲ ਮੰਗਾ ਦੀ ਇਹ ਬੋਤਲ ਦਾ ਤੁਸੀਂ ਮੰਗਵਾਈ ਸੀ ਇਹ ਬੋਤਲ ਰਹਿਣ ਦੋ ਬਸ ਤੁਸੀਂ ਕੁਛ ਵੀ ਨਾ ਮੰਗਾਓ ਮਾਣੂ ਬਿੱਲੀ ਦੁਬਾਰਾ ਫਿਰ ਸੋ ਗਈ ਇਹ ਬਸ ਲਾ ਗਈ ਪਹਿਲ ਦੋ ਦਿਨ ਨੀਂਦ ਨਹੀਂ ਪੂਰੀ ਹੋਈ ਸੀ ਥੋੜਾ ਸੁੱਤੀ ਸੀ ਹਾਂਜੀ ਅੱਛਾ ਜੀ ਰੋਜ਼ੇ ਨਾਲ ਬੁਰੀ ਹਾਲਤ ਹੋਈ ਹੋਈ ਹੈ ਰੋਜ਼ਾਨਾ ਹੁਣ ਦੱਸ ਰਿਹਾ ਗਰਮੀ ਬਹੁਤ ਜ਼ਿਆਦਾ ਨਾ ਹਾਂਜੀ ਤੋ ਬਹੁਤ ਜ਼ਿਆਦਾ ਵਾ ਅੱਛਾ ਮੈਂ ਸਾਰਾ ਦਿਨ ਲੇਟ ਦੀ ਕਿਤਨੀ ਨਾ ਹੈ ਕੰਮ ਹੀ ਨਹੀਂ ਖਤਮ ਹੁੰਦੇ ਹੈਗੇ ਮੈਂ ਕਿਹਾ ਵੀ ਸਾਰਾ ਦਿਨ ਕੰਮ ਹੀ ਨਹੀਂ ਖਤਮ ਹੁੰਦੇ ਚਲੋ ਬੰਦਾ 10 ਮਿੰਟ ਰੈਸਟ ਕਰਦਾ ਹੈ 10 ਮਿੰਟ ਲੇਟ ਜਾਂਦਾ ਵਾ ਫੁੱਫਾ ਜੀ ਕੋ ਫਿਰ ਤੁਹਾਨੂੰ ਪਤਾ ਫੁੱਫਾ ਜੀ ਕੋ ਵੀ ਨਹੀਂ ਇੰਨਾ ਕੰਮ ਹੁੰਦਾ ਫਿਰ ਮੈਂ ਵੀ ਸ਼ੋ ਆਪਣੀ ਅੰਮੀ ਉਹਨਾਂ ਕੋਲ ਗਈ ਆ ਮੈਂ ਸਾਰੇ ਸੇਂ ਝਾੜੂ ਦਿੱਤਾ ਆ ਫਿਰ ਕਾਫੀ ਸਾਰੇ ਬਰਤਨ ਧੋਤੇ ਆ ਤੇ ਫੁੱਫਾ ਦੇ ਬਾਜ਼ਵਾਂ ਨਾਲ ਵੀ ਮਸਲਾ ਨਹੀਂ ਕਰ ਸਕਦੇ ਤੇ ਅੱਛਾ ਚਲੋ ਕੋਈ ਗੱਲ ਨਹੀਂ ਹੋ ਹੀ ਜਾਣਾ ਕੰਮ ਹਾਂਜੀ ਚਲੋ ਮੇਰੇ ਨਾਲ ਥੋੜਾ ਬਹੁਤਾ ਤੁਸੀਂ ਹਾਂਜੀ ਤੁਹਾਨੂੰ ਕੀ ਚਾਹੀਦਾ ਕਮਰੇ ਦੀ ਗੰਡੇਰੀ ਗੰਡੇਰੀਆਂ ਲੈਣੀਆਂ ਜੀ ਮੈਂ ਸਕੂਲ ਜਦੋਂ ਲੈ ਲਓ ਜੇ ਸਕੂਲ ਗਏ ਸੀ ਨਾ ਮੈਂ ਇਹਨਾਂ ਨੂੰ ਚਾਵਲ ਦਿੱਤੇ ਸੀ ਨਾਲ ਇੱਕ ਟਿਫਨ ਜਿਨਾ ਇਹਨਾਂ ਨੂੰ ਮੈਂ ਗੰਡੇਰੀਆਂ ਵੀ ਦਿੱਤੀਆਂ ਸੀ ਪੰਜ ਪੰਜ ਛੇ ਛੇ ਦਿੱਤੀਆਂ ਸੀ ਪੰਜ ਛੇ ਹੀ ਬਣ ਦਿੱਤੀਆਂ ਸੀ ਕੋਈ ਪੰਜ ਛੇ ਮੈਂ ਇਹਨੂੰ ਦਿੱਤੀਆਂ ਸੀ ਮਮਾ ਇਹ ਬਾਪ ਨੇ ਇੱਕ ਮੁੰਡੇ ਨੇ ਨਾ ਮੈਂ ਇੱਕ ਗਨੇੜੀ ਖੋਲੀ ਸੀ ਮੁੰਡੇ ਨੇ ਬੜਾ ਬਦਤਮੀਜ਼ ਸੀ ਉਹ ਫਿਰ ਛੋਟਾ ਜਿਹਾ ਮੁੰਡਾ ਅੱਜ ਚਲੋ ਕੋਈ ਗੱਲ ਚਲੋ ਕੋਈ ਬਾਤ ਮੈਂ ਫਿਰ ਛੋਟਾ ਬੱਚਾ ਸੀ ਨਾ ਚਲੋ ਕੋਈ ਉਹਦਾ ਵੀ ਦਿਲ ਕਰਦਾ ਹੋਊਗਾ ਕੋਈ ਮਸਲਾ ਨਹੀਂ ਗੰਡੇਰੀ ਖੋਲੀ ਸੀ ਇੱਕ ਵਾਰ ਮੁੰਡੇ ਨੇ ਸਾਨੂੰ ਖੋ ਕੇ ਦੇ ਦਿੱਤੀ ਫਿਰ ਪੱਟੀ ਜਗਾਉਂਦੀ ਉਹਨੂੰ ਦੇ ਦੇ ਹਾਂ ਚਲੋ ਕੋਈ ਬਾਤ ਨਹੀਂ ਛੋਟਾ ਸੀ ਨਾ ਕੋਈ ਬਾਤ ਨਹੀਂ ਕੋਈ ਮਸਲਾ ਨਹੀਂ ਕੋਈ ਬਾਤ ਨਹੀਂ ਮੈਂ ਕਿਹਾ ਮੈਂ ਨਾ ਉੱਪਰਲੇ ਬਰਾਮਦੇ ਦੀ ਨਾ ਥੋੜ੍ਹੀ ਜਿਹੀ ਸੈਟਿੰਗ ਜਿਹੜੀ ਹੈ ਨਾ ਚੇਂਜ ਕਰਨੀ ਸੀ ਜਿਹੜਾ ਸੋ ਰਹੀ ਹੈ ਅਤੇ ਤੁਸੀਂ ਮੇਰੇ ਨਾਲ ਉਹ ਕਰਵਾ ਦਿਉ ਤਾਂ ਕਿ ਮੇਰੇ ਕੋਲ ਰੋਜ਼ ਦੇ ਨਾਲ ਅਤੇ ਸੋਫਾ ਖਿੱਚਿਆ ਨਹੀਂ ਜਾਣਾ ਚਲੋ ਹਾਂਜੀ ਆ ਜਾਓ ਤਰਾਪੀਆਂ ਪੜ੍ਹਨੀਆਂ ਉਸ ਤੋਂ ਬਾਅਦ ਇੰਨੀ ਨੀਂਦ ਲੱਗ ਜਾਂਦੀ ਹੈ ਮੈਂ ਨਾ ਲੇਟ ਜਾਂਦੀ ਮੈਂ ਸੋ ਜਾਂਦੀ ਹਾਂ ਸੁਬਾਹ ਨੂੰ ਸੈਰੀ ਵੀ ਕਰਨੀ ਹੁੰਦੀ ਹੈ ਰੋਜ਼ਾ ਰੱਖਣਾ ਹੁੰਦਾ ਜੇ ਨਾ ਹੋਵੇ ਸੁਬਾਹ ਨੂੰ ਪਿਆਰ ਨਹੀਂ ਆਵੇ ਇਸ ਕਰਕੇ ਬੱਚੇ ਹੀ ਖਾ ਕੇ ਲਿਆਉਂਦੇ ਆ ਮੈਂ ਇਹ ਵੀ ਨਹੀਂ ਖਾਂਦੀ ਤੁਸੀਂ ਖਾਇਆ ਕਰੋ ਤੁਹਾਡੇ ਵਾਸਤੇ ਮੰਗਵਾਈਆਂ ਹਾਂਜੀ ਚਲੋ ਬੱਚਿਆਂ ਦੀ ਆਪਣੀ ਜਗ੍ਹਾ ਤੁਹਾਡੀ ਆਪਣੀ ਜਗ੍ਹਾ ਬਸ ਦੇਖ ਲਓ ਤੁਸੀਂ ਚਲੋ ਦੱਸੋ ਸੋਫਾ ਕਿੱਥੇ ਰੱਖ ਦਿੱਤਾ ਹਾਂ ਆ ਚਾਰ ਤੇ ਜੀ ਇਧਰ ਨੂੰ ਕਿਸਨੇ ਮੈਂ ਝਾੜੂ ਲਿਆ ਕੇ ਆਂਦੀ ਹਾਂ ਚਲ ਲੈ ਕੇ ਚਲੋ ਧੁੱਪ ਲੋ ਇਹ ਨਾ ਧੁੱਪ ਲਵਾਈ ਆ ਕਬਰ ਦਾ ਮੈਂ ਧੋਤਾ ਸੀ ਫੇਰ ਤੇ ਤਾਂ ਕਿ ਇਹ ਨਹੀਂ ਹੁਣ ਲਈ ਜਾਂਦੀ ਬੰਦਾ ਹਾਂ ਆਲੇ ਮੋਟ ਲੈ ਲੈ ਹੇਰਾ ਦੀ ਬਿੱਲੀ ਆ ਹੇਰਾ ਦੀ ਕੰਮ ਨਹੀਂ ਲੈ ਗਿਆ ਹੇਰਾ ਦੀ ਇਹਨਾਂ ਚਾਹ ਪਾਣੀ ਕਿੱਥੇ ਇਹਨੂੰ ਇੱਧਰ ਨੂੰ ਕਰ ਦੋ ਨਾ ਇੱਧਰ ਨੂੰ ਕਰ ਦੋ ਇਹਨੂੰ ਇਸ ਤਰ੍ਹਾਂ ਕਰ ਦਾਂ ਹਾਂਜੀ ਇਸ ਤਰ੍ਹਾਂ ਕਰ ਦਾਂ ਦਾਸ ਦਾ ਦੋ ਜਾਂ ਖੜੀ ਰਹਿਣ ਦੋ ਫ੍ਰਿਜ ਲੱਗੇ ਮੈਂ ਕਹਿੰਦੀ ਉਹ ਦੇਖੋ ਕਿੰਨਾ ਆਲਾ ਨੂੰ ਕੋਲ ਬਟਰ ਕਿਹਨੇ ਚੱਕਿਆ ਇਹ ਮੋਈ ਸਾਹਿਬ ਦੇ ਕੰਮ ਆ ਕਾਕਾ ਜੀ ਮੈਂ ਜਾਣ ਦੇ ਰੂ ਨਾ ਇਹ ਤੁਸੀਂ ਸਾਫ ਕਰੋ ਠੀਕ ਹੈ
ਮੇਰਾ ਪਤਾ ਕੀ ਇਰਾਦਾ ਹੈ ਸੋਫੇ ਨੂੰ ਉਹ ਨੁੱਕਰ ਕਰ ਦਈਏ ਤੇ ਚਾਰ ਪਈ ਹੋਵੇ ਕਰ ਲਈਏ ਤਾਂ ਕਿ ਚਾਰ ਪਈ ਤੇ ਬੰਦਾ ਲੇਟ ਵੀ ਜਾਂਦਾ ਨਹੀਂ ਮਾਮਾ ਜੀ ਨਹੀਂ ਸਹੀ ਚਾਰ ਪਈ ਨਾ ਐਸ ਐਡ ਨੂੰ ਐਸ ਐਡ ਕਰਦੇ ਆ ਜੇ ਛੋਟਾ ਬਣ ਜਾਏ ਨਾ ਇਹ ਸੋਫਾ ਆ ਉਹ ਚੁੱਕ ਕੇ ਨਾ ਉਹ ਚੁੱਕ ਕੇ ਇਹਦਾ ਰੱਖ ਲੈਂਦੇ ਆ ਉਹ ਛੋਟੀ ਬੰਦੀ ਉੱਥੇ ਕਰ ਦਿੰਦੇ ਇਹਨਾਂ ਨੂੰ ਮਸ਼ੀਨ ਤੇ ਰੱਖ ਦੋ ਕੱਪੜਿਆਂ ਨੂੰ निकाल के ना पा ले मैं झाड़ू दिनी है ना नीचे आके देखियो पंखे च ना मार दी कि फ्रिज च ना मार दी नुकसान ना कर दी ऐस पंखे ऐ वाला पंखा जरा ना इन्हें भी साफ कर लो ठीक और झाड़ू दिन केवल टोकरी बाहर रखो चलो देखो मोहित एबन पसंद बहुत एबन मोहित पसंद नहीं पसंद क्या ऐ वाला चल लो ना एदा मुंह ना सिर देखो ला मुंह आ बचा जेड़ा बाहर पे क्या दूसरा ले आ रहा हां हां जी तुझे जेड़ा बाहर पे आ ना जेड़ा दूसरा ले दो मैं ओ ले आ वैसे भी भाई फेरे दे नहीं हजे असं कमर च ही सुनने अजे तो नहीं हाँ जी बाहर नहीं सुनते है चार रजाइया तो हम नहीं ले जाए मैं घर रख दें हाँ जी अच्छा मंजी नहीं आऊगी है ना जगह चलो फिर इन सीधी कर दो हाँ जी और सही ठीक यूसुफ सामा ठीक ठाक अच्छा यू सामा कहता सही है और यासिन जी का चार थी पहले सही है और ठीक है नहीं हाँ दूसरी जगह पर सही है मैं झाड़ू देना फिर कर दूँ सही है मौसम खराब हो गया थक गई यार काम ज़्यादा मैं की था मैं झाड़ू नहीं था बस नहीं काम में मैं की था अच्छा आज जड़े ना कपड़े ये भी ਉਹ ਪਿਛਲੇ ਕਮਰੇ ਦੇ ਲਾਈ ਨਹੀਂ ਆਣਾ ਬਲੌਕ ਕਰ ਲਓ ਆ ਜਿਹੜੀਆਂ ਚੀਨੀਆਂ ਵੀ ਮੈਂ ਸੈੱਟ ਕਰ ਕੇ ਲਾਉਣਾ ਇਹਨਾਂ ਨੂੰ ਸੈੱਟ ਕਰ ਦਿਓ ਦੇਖੋ ਉਹਨਾਂ ਦੀ ਕਿਹਦੀ ਤੇ ਲਾਈ ਦੀ ਉਹ ਜਿਹੜਾ ਟੁੱਟ ਗਈ ਹੈ ਤੇ ਕੋਈ ਇਹਦਾ ਦੇਸੀ ਜੁਗਾੜ ਕਰ ਦਿਓ ਇਹਨਾਂ ਕੋਈ ਦੇਸੀ ਜੁਗਾੜ ਕਰਨਾ ਪੈਣਾ ਪਹਿਲਾਂ ਵੀ ਦੇਸੀ ਜੁਗਾੜ ਕੀਤਾ ਕਿਤੇ ਵਜ਼ਨ ਪਿਆ ਜ਼ਿਆਦਾ ਜਾਂ ਮੂਜ਼ ਨੇ ਕੱਪੜੇ ਖਿੱਚੇ ਤੌਲ ਕੇ ਖਿੱਚਿਆ ਮਾਂ ਇਹਨਾਂ ਤੌਲ ਕੇ ਖਿੱਚਿਆ ਇਹਨੇ ਕਿਤੇ ਨਾਣਾ ਉਹਨਾਂ ਨੇ ਤੌਲ ਕੇ ਖਿੱਚਣਾ ਮੋਈ ਸਾਹਿਬ ਨੇ ਤੇ ਕਿਲੀਆਂ ਲੱਭੋ ਕੇ ਪੂਰੇ ਹਾਲ ਖਿੱਚੇ ਉਹ ਕਿ ਜੁਗਾੜ ਜਿਹੜਾ ਮਸ ਲਾਇਆ ਹੋਇਆ ਸੀ ਇਹ ਮੈਂ ਇਹ ਸਾਰੇ ਤੋਂ ਮਾਰੇ ਪਏ ਸਹੀ ਹਾਂ ਜੀ ਅੱਜ ਵੀ ਮੈਂ ਤੋ ਇਹ ਵੀ ਕਰ ਲੋ ਚਲੋ ਆ ਚਲ ਭਾਈ ਇਸ ਤਰ੍ਹਾਂ ਹੋ ਗਈ ਇੱਥੇ ਵੀ ਚਲੋ ਮਨ ਲੇਟ ਜਾਂਦਾ ਇਹ ਤੇ ਮੋਟਰਸਾਈਕਲ ਖੜੀ ਹੋ ਜਾਊਗੀ ਇੱਕ ਤੋਂ ਦਾ ਉਹ ਖਿਲਾ ਵੀ ਲੈਂਦਾ ਤੋ ਸਿੱਧਾ ਪਤਰਾ ਕੰਮ ਹੋ ਗਿਆ ਸਰ ਤਾਂ ਕਿ ਅਜੇ ਫਰੇਜ ਚ ਆ ਗਏ ਤੇ ਪਾਪਾ ਜੀ ਮੋਟਰਸਾਈਕਲ ਤੋਂ ਪਿੱਛ ਵੀ ਆ ਸਕਦਾ ਉੱਥੇ ਫਿਰ ਰਸਤਾ ਬੰਦ ਹੋ ਜਾਣਾ ਜਾਣ ਵਾਲਾ ਬੇਟਾ ਮੈਂ ਸਾਲ ਵੀ ਪੜ੍ਹ ਨਹੀਂ ਹੁੰਦਾ चलो इस बेर ने मेरे ख्याल की बेर लगी ही नहीं पता नहीं वैसे सही है समा नहीं लगे नहीं तो मोइज ने हटना करना सी बाल लेना हां जी बाल लेने आए हैं चलो थप्पा बनाओ मैं ला जाना इतने देख रही हैं सुखियां सुखियां मैं के लकड़ी देखो तो नजर तो नहीं आ रही हैं ये सुखियां ये तो सुखियां लेकिन कटनियां पैनियां नहीं इन्हें तो पीछे कर लो ये चल थप्पा बनाओ बालन का मैं ना रख के तो पानी खत्म होया कि पानी लिया वा
ਉਹ ਕੋਈ ਸਾਹਮਣੇ ਲੱਗਾ ਹੋਇਆ ਪਤਾ ਨਹੀਂ ਕਣਕ ਚੋਂ ਗੰਦ ਕੱਢ ਰਿਹਾ ਰਵੀ ਜੂਵੀ ਅੱਛਾ ਜੀ ਆਸੇ ਬਾਲਾਂ ਦਾ ਥੱਬਾ ਬਣਾ ਲਵੇ ਅਤੇ ਚੱਕ ਕੇ ਲੈ ਕੇ ਜਾਂਦਾ ਘਰ ਅਤੇ ਇਸ ਦੇ ਨਾਲ ਹੀ ਵੀਡੀਓ ਦਾ ਐਂਡ ਕਰਦੇ ਹਾਂ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਰੱਬ ਸੋਹਣੇ ਦੇ ਹਵਾਲੇ ਰੱਬ ਰੱਖਾ ਅੱਲਾ ਹਾਫਿਜ਼।